ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਚਨ ਸ਼ੈਂਕ ਫਿੱਟ ਕਿਵੇਂ ਕਰੀਏ? ਆਪਾਂ ਪਹਿਲਾਂ ਕੱਚਾ ਰੱਖ ਕੇ ਸ਼ੈਂਕ ਦੇਖ ਲਿਆ, ਫਿਰ ਨਿਸ਼ਾਨੀ ਲਾ ਲੈਣੀ ਆਪਾਂ ਨੇ ਕਿੰਨੇ 'ਤੇ ਆ, ਇੱਧਰੋਂ 30 ਆ, ਪਿੱਛੇ 'ਤੇ 3 ਆ। ਪੁੱਠਾ ਸ਼ੈਂਕ ਰੱਖ ਕੇ ਮਾਰਕਰ ਨਾਲ ਨਿਸ਼ਾਨੀ ਲਾ ਲੈਣੀ, ਪਿੱਛੇ 'ਤੇ ਆਪਾਂ ਨੇ 3 ਕਰ ਲਿਆ, ਇੱਧਰ 'ਤੇ 30 ਕਰ ਲਿਆ। ਮਾਰਕਰ ਨਾਲ ਨਿਸ਼ਾਨੀ ਲਾਉਣ ਤੋਂ ਬਾਅਦ ਫਿਰ ਆਪਾਂ ਨੇ ਕਟਰ ਨਾਲ ਕੱਟ ਲੈਣਾ ਚਾਰੇ ਪਾਸੇ 'ਤੇ। ਮਾਰਕਰ ਨਾਲ ਨਿਸ਼ਾਨੀ ਲਾ ਲਈ, ਲਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਕਟਰ ਨਾਲ ਕੱਟ ਲੈਣਾ। ਜੇ ਵੀਡੀਓ ਵਧੀਆ ਲੱਗੀ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਪਲੰਬਰ ਵੈਲਡਿੰਗ ਟਟਾਇਲ ਦੀ ਵੀਡੀਓ ਦੇਖਣ ਲਈ। ਫਿਰ ਆਪਾਂ ਨੇ ਕਟਰ ਨਾਲ ਕੱਟ ਲਿਆ, ਕੱਟਣ ਤੋਂ ਬਾਅਦ ਥੱਲੇ ਦੇ ਆਪਾਂ ਨੇ ਚੱਕ ਲਿਆ ਪੱਥਰ। ਪੱਥਰ ਚੱਕਣ ਤੋਂ ਬਾਅਦ ਇਹਨੂੰ ਹਲਕੀ ਹਲਕੀ ਮੋਲਡਿੰਗ ਲਾ ਲੈਣੀ। ਮੋਲਡਿੰਗ ਲਾਉਣ ਤੋਂ ਬਾਅਦ ਫਿਰ ਆਪਾਂ ਨੇ ਸਮੈਂਟ ਨਾਲ ਇਹਨੂੰ ਪੱਕਾ ਕਰ ਦੇਣਾ। ਅਤੇ 24x18 ਦਾ ਸ਼ੈਂਕ ਆ, 24x18 ਸ਼ੈਂਕ ਆ, ਸਮੈਂਟ ਨਾਲ ਪੱਕਾ ਕਰਤਾ ਇਹ। ਜੇ ਵੀਡੀਓ ਵਧੀਆ ਲੱਗੀ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ।